ਹਾਂ ਪੁਰੀ, ਕਿਆ ਕਿਆ ਚੇਂਜ ਹੋ ਗਿਆ ਇਹਦਾ ਸਟੀਅਰਿੰਗ? ਇਹ ਕਿਹਾ ਮੈਂ ਦੁੱਲੇ ਲਿਆਉਣੀ ਯਾਰ ਚੱਕ ਕੇ, ਬੰਦੇ ਨੇ ਬਚਨ ਕਰਤੇ ਵੀ ਅੱਜੇ ਲਵਾਉਣੀ ਹੈ। ਹੈ ਛੋਟਾ ਜਿਹਾ ਪ੍ਰੋਜੈਕਟ ਹੈ ਪਰ ਇਹਨੂੰ ਮਿਹਨਤ ਬਹੁਤ ਆਉਂਦੀ ਹੈ। ਇੱਧਰ ਨੂੰ ਕਰ, ਉੱਧਰ ਨੂੰ ਕਰ, ਪੱਟੀ ਲਾ, ਪੂਰੀ ਦਿਹਾੜੀ ਲੱਗ ਗਈ ਇਹ ਚੀਜ਼ ਪਰ ਫੁੱਲ ਮਿਹਨਤ ਆਈ ਹੈ ਜਿਹਨੂੰ ਕਹਿੰਦੇ। ਹਾਂ ਅਤੇ ਬਾਈ ਫਿਟਿੰਗ ਹੈ, ਦੂਏ ਮੰਗਣੇ ਪੈਂਦਾ ਸਾਰੇ ਮਹਿੰਦਰਾ ਵਾਲਾ ਲੁੱਕ, ਪਾਇਪ ਵਿੱਚ ਐਂ ਹਿੱਲੂਗਾ ਨਹੀਂ, ਫੁੱਲ ਹੈਵੀ ਆ, ਆਵਾਜ਼ ਬਾਈ ਇਹਦੀ ਸਾਇਲੈਂਟ ਆ ਕਿਉਂਕਿ ਇਹਦੇ ਵਿੱਚ ਜਾਲੀਆਂ ਲੱਗੀਆਂ ਹੋਈਆਂ। ਲਓ ਜੀ ਬਾਈ, ਲਾਂਸਰ ਬਦਲਾਇਆ ਹੈ, ਪੈਪ ਲਾਈ ਹੈ ਟਰੈਕਟਰ ਨੂੰ, ਦੁੱਲੇ ਬਾਈ ਤੇ ਫਿੱਟ ਕਰਾ ਕੇ ਏਜੰਸੀ ਵਾਲੇ ਲਾਂਸਰ ਲਏ ਤੇ ਬਾਈ ਕਿ ਚੱਲਦਾ, ਉਹਦਾ ਜਗਾੜ ਵੱਢ ਕੇ ਪਿੱਛੇ ਵਾਲਾ ਪੂਰਾ ਲਾ ਕੇ ਐਨ ਵੈਲਡ ਕਰਕੇ, ਆਵਾਜ਼ ਮਾ ਵੀ ਕੋਈ ਫਰਕ ਨਹੀਂ ਪਿਆ ਹੈਗਾ। ਪ੍ਰਧਾਨ ਬਾਈ ਉੱਚਾ ਤਾਂ ਨਹੀਂ ਹੈਗਾ, ਹੈ ਨਹੀਂ, ਮੈਂ ਥੋੜਾ ਜਿਹਾ ਉਹਦੇ ਟ੍ਰੇਨਰ ਦੇ ਬਰਾਬਰ ਚਾਹੀਦਾ ਦਾ। ਟੀਟੂ ਬਾਈ ਨੀਵਾ ਨਹੀਂ ਹੈਗਾ? ਨਹੀਂ, ਛਤਰੀ ਤੇ ਨੀਵਾ ਹੀ ਆ, ਛਤਰੀ ਤੇ ਉੱਚਾ ਚਾਹੀਦਾ। ਪ੍ਰਧਾਨ ਜੀ ਛਤਰੀ ਤੇ ਨੀਵਾ ਚਾਹੀਦਾ? ਨਹੀਂ ਨਹੀਂ, ਛਤਰੀ ਕਾਲੀ ਸਾਰੇ ਜੀ, ਪੂਰੀ ਪਾਸ ਹੈ ਇਹ, ਛਤਰੀ ਤੇ ਉੱਚਾ ਚਾਹੀਦਾ। ਨਹੀਂ ਨਹੀਂ, ਫਿਰ ਤਾਂ ਪਤਾ ਲੱਗਣਾ ਕਿੱਥੇ ਫਸ ਗਿਆ। ਪ੍ਰਧਾਨ ਜੀ ਰਾਟ ਤਾਂ ਨਹੀਂ ਪਾਉਂਦਾ? ਨਹੀਂ ਠੀਕ ਹੈ, ਹੁਣ ਚੈੱਕ ਕਰਾਈ ਮੜੀ ਬਾਜ, ਰਾਟ ਤਾਂ ਨਹੀਂ ਪਾਉਂਦਾ। ਨਾ ਇੱਕ ਰਾਟ ਵਾਲਾ ਵੀ ਚੱਲਿਆ ਪਿਆ, ਉਹ ਨਹੀਂ ਵਧੀਆ ਲੱਗਦਾ। ਆ ਬਾਈ ਬੰਦ ਕਰੀ ਮੜੀ, ਇੱਕ ਮਿੰਟ ਖੜ ਜਾ, ਦਲੀ ਪਾਰਟੀ ਮੰਗਦਾ, ਦਲੀ ਨੂੰ ਪਾਰਟੀ ਕਰਨੀ ਹੋ ਬਾਈ। ਦਲੀ ਖੁਸ਼ ਆ ਹੁਣ, ਦੱਸ ਦੇ ਦਲੀ ਖੁਸ਼ ਆ, ਕਰੀ ਹਾਂ ਪੁਰੀ, ਕਿਆ ਕਿਆ ਚੇਂਜ ਹੋ ਗਿਆ ਇਹਦਾ ਸਟੀਅਰਿੰਗ? ਇਹ ਕਿਹਾ ਮੈਂ ਦੁੱਲੇ ਲਿਆਉਣੀ ਯਾਰ ਚੱਕ ਕੇ, ਬੰਦੇ ਨੇ ਬਚਨ ਕਰਤੇ ਵੀ ਅੱਜੇ ਲਵਾਉਣੀ ਹੈ ਰੇਸ। ਨਹੀਂ ਨਹੀਂ ਲਿਆਉਣ, ਲਿਆਉਣੀ ਹੁਣ ਚੱਕ ਕੇ, ਨਾ ਨਾ ਲਿਆਉਣੀ ਹੁਣ। ਪ੍ਰਧਾਨ ਕਹਿੰਦਾ ਕੱਲ ਮੈਂ ਰੇਹ ਪਾਇਆ, ਤੋਬਾ ਤੋਬਾ ਹੋ ਗਈ। ਪ੍ਰਧਾਨ ਤੈਨੂੰ ਕਿਹਾ ਕਹਿੰਦੇ ਦਾ ਸ਼ਾਮ ਨੂੰ, ਸ਼ਾਮ ਤਾਂ ਗਰਮੀ ਬਹੁਤ ਸੀ, ਚੱਲ ਬਹਿ ਕੇ ਪੀਓ। ਦੁੱਲੇ ਬਾਈ ਨੇ ਸਲਾਹ ਦਿੱਤੀ, ਕਹਿੰਦਾ ਪੁਰਾਣਾ ਸਲਾਂਸਰ ਲਿਆ ਵੀ ਪੂਰੀ ਉਹ ਫਿਟਿੰਗ ਆਇਆ ਨੀ, ਵੀ ਹਿੱਲਾ ਕਰ ਲਾ ਵੀ ਨਹੀਂ, ਪੈਪ ਮਿਲਦਾ ਨੀ ਹੈਗਾ। ਲੋਟ ਆ ਗਿਆ ਸਿਸਟਮ, ਰਾਂਜੀ ਇੱਕ ਪਾਲਟੀ ਹੋ ਗਈ ਹੁਣ, ਦਿੱਲੀ ਵਾਲੀ ਰਹਿ ਗਈ ਹੁਣ, ਦਿੱਲੀ ਆਪੇ ਕਿਹ ਕੇ ਫਸ ਗਿਆ। ਦਿੱਲੀ ਕਹਿੰਦਾ ਪਹਿਲਾਂ ਜਿਹੜਾ ਬੰਦਾ ਪੀ ਲਿਆ ਉਹ ਕਰੂਗਾ, ਹਾਂ ਦਿੱਲੀ ਬਾਈ ਡੇਟ ਦੇ ਦੇ ਆਪਣੀ, ਕਰ ਦੂਗਾ ਜਿਹੜਾ ਖਾਲੀ ਉਹ। ਪ੍ਰਧਾਨ ਜੀ 800 ਰੁਪਏ ਦਾ ਹੈ, ਇਹ 1500 ਦਾ ਹੈ ਜਾਲੀ ਕਰਕੇ। ਬਾਈ ਨੂੰ ਪੁੱਛ ਲੈ ਇੱਧਰ, ਬਸ ਕਿਆ ਹੋ ਗਿਆ, ਜਾੜਾ ਨੂੰ ਮਰਦਾ ਕਿਤੇ ਕਹੂਗਾ ਪਰ ਲੱਗਦਾ ਠੰਡਾ ਲੱਗਦਾ।
ਨਾ ਨਾ ਜਿਹੜੇ ਜਿਹੜੇ ਖਰਾਬ ਉਹ ਕਰਦੇ ਨੇ ਲੋਟ ਬਣਾ ਦੇ ਯਾਰ ਲੋਟ ਬਾਹਰ ਵੀ ਕੰਮ ਕਰਾਉਣਾ ਹੁੰਦਾ ਆਪਣੇ ਪਿੰਡ ਦੇ ਬਣਵਾਓ ਬੰਦਾ ਲੋਹਾ ਨੀ ਮਾੜਾ ਲਾਉਂਦਾ ਉਹਦਾ ਫਰਕ ਹੈਗਾ ਬਾਈ ਕੀ ਬਾਈ ਪੂਰੀ ਚੱਲ ਰੇਸ ਲਈ ਚੱਕ ਯਾਰ ਜਾ ਜਰੇ ਜਾ ਕਦੇ ਉਹ ਕੰਮ ਅੱਜ ਜੇਲੇ ਬਾਈ ਮੈਂ ਕਹਿੰਦਾ ਉਹੀ ਬਣਾਊਂਗਾ ਨਾ ਦੇਖਦਾ ਫਿਰ ਅੱਛਾ ਨਾ ਨਾ ਠੀਕ ਹੈ ਨੌ ਹਾਲ ਤਾਂ ਛੋਟੇ ਆ 175 ਨੂੰ 11 ਹੀ ਚਾਹੀਦੇ ਪੂਰੀ ਆਪਾਂ ਕਰ 11 ਪਾਏ ਪੇ ਤੇ ਠੀਕ ਚੱਲਿਆ 11 ਠੀਕ ਆ 13 ਜ਼ਿਆਦਾ ਹੋ ਜਾਂਦੇ ਆ 13 ਤਾਂ 60 ਇੰਚ ਵੀ ਚਾਹੀਦੇ ਹਾਂ ਲਓ ਜੀ ਬਾਈ ਟਰੈਕਟਰ ਨੂੰ ਮੈਸੀ ਵਾਲੀ ਰੇਸ ਲਵਾਈ ਤੀ ਹੋ ਸਾਨੂੰ ਰਾਤ ਨੇ ਰਹੀ ਗਿਆ ਪਹਿਲਾਂ ਦੇਖੋ ਵੀ ਕਿਵੇਂ ਲੱਗੀ ਗਿਆ ਪ੍ਰੋਜੈਕਟ ਜਿਹੜਾ ਪੈਂਡਲ ਲਿਆਂਦੇ ਵੇ ਤੇ ਹਟ ਜਾ ਬੰਮੂ ਸਾਈਡ ਆ ਹੈਗਾ ਬਾਈ ਕਲੈਚ ਸਾਈਡ ਅਤੇ ਦੂਜੀ ਸਾਈਡ ਵੀ ਤੁਹਾਨੂੰ ਦਿਖਾ ਦਿੰਦੇ ਆ ਦੂਜੀ ਸਾਈਡ ਇੱਦਾਂ ਬਾਈ ਮੈਸੀ ਵਾਲੀ ਆਹ ਵੀ ਰੇਸ ਚੱਲਦੀ ਆ ਆਪਣੀ ਆ ਪੱਤੀ ਲਾ ਕੇ ਉਹਦੇ ਜਗਾੜ ਲਾਇਆ ਜੇ ਇਹਦੇ ਕੇ ਰੇਸ ਦੇਣੀ ਆ ਇਹਦੇ ਕਿਲ ਵੀ ਚੱਲਦੀ ਆ ਬਾਈ ਲੱਗ ਤਾਂ ਬਹੁਤ ਟਾਈਮ ਗਿਆ ਇਹਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਾਲੀ ਸਤਰੇ ਬਾਈ ਇਹ ਬਾਈ ਜਿਹੜੇ ਆਪਾਂ ਨੇ ਬਣਾ ਕੇ ਲਿਆਂਦੇ ਪ੍ਰੋਜੈਕਟ ਇਹਨੂੰ ਕਰਨਾ ਹੁਣ ਪੇਂਟ ਅਤੇ ਕੱਲ੍ਹ ਤਾਂ ਨਹੀਂ ਕਰਿਆ ਬਾਈ ਹਨੇਰਾ ਹੋ ਗਿਆ ਫਿਰ ਉੱਥੇ ਫਿਟਿੰਗ ਨੂੰ ਬਹੁਤ ਟਾਈਮ ਲੱਗ ਗਿਆ ਚਾਬੀਆਂ ਲਿਆਂਦੇ ਰਹੇ ਬਾਈ ਨਵੀਆਂ ਆਪਾਂ ਨੇ ਲੁਧਿਆਣੇ 'ਤੇ ਇਹ ਈਸਟਮੈਨ ਕੰਪਨੀ 'ਤੇ ਸੈੱਟ ਅਤੇ ਇਹਦੇ ਨਾਲ ਹੁਣ ਖੁੱਲੂੰਗੀਆਂ ਨਟ ਖੋਲ੍ਹ ਕੇ ਬਾਦਮਾਂ ਜਿਹੜੇ ਨਟ ਪਾਉਣੇ ਬਾਈ ਫਿਰ ਇਹ ਕਸੂੰਗੇ ਆਪਾਂ ਕੱਦੂ ਦੇ ਬਾਦਮਾਂ ਹੁਣ ਇਹਨਾਂ ਨੂੰ ਪੇਂਟ ਪੂੰਟ ਹੋ ਜਾਣਾ ਆਪਣਾ ਚਾਬੀਆਂ ਆਪਾਂ ਨਹੀਂ ਲਿਆਂਦੇ ਤੇ ਬਾਈ ਇਹ ਬਸ ਹੁਣ ਡਰਾਫਟਾਂ ਪਾਉਣੀਆਂ ਨਹੀਂ ਹੈਗੀਆਂ ਚੌਦਾਂ ਨੰਬਰ ਲੱਗਣੀ ਬਾਈ ਹੈ ਛੋਟਾ ਜਿਹਾ ਪ੍ਰੋਜੈਕਟ ਆ ਪਰ ਇਹਨੂੰ ਮਿਹਨਤ ਬਹੁਤ ਹੁੰਦੀ ਹੈ ਇੱਧਰ ਨੂੰ ਕਰ ਉੱਧਰ ਨੂੰ ਕਰ ਪੱਤੀ ਲਾ ਪੂਰੀ ਦਿਹਾੜੀ ਲੱਗ ਗਈ ਇਹ ਚੀਜ਼ ਪਰ ਫੁੱਲ ਮਿਹਨਤ ਆਈ ਹੈ ਜਿਹਨੂੰ ਕਹਿੰਦੇ ਹਾਂ ਅਤੇ ਬਾਈ ਆ ਫਾਈਨਾਂਸਰ ਵੀ ਲਵਾਇਆ ਤਾ ਇਹਦਾ ਸੌਖਾ ਹੀ ਫਿੱਟ ਹੋ ਗਿਆ ਪੁਰਾਣਾ ਫਾਈਨਾਂਸਰ ਲਿਆ ਇੱਥੇ ਏਜੰਸੀ ਮੈਂ ਅਤੇ ਉਹਦਾ ਹੇਠ ਵਾਲਾ ਪ੍ਰੋਜੈਕਟ ਹੀ ਆ ਖੋਲ੍ਹ ਕੇ ਬਾਬੇ ਸਿੱਧਾ ਹੀ ਲੱਗ ਗਿਆ ਤਾ ਇਹ ਵੀ ਖੋਲ੍ਹ ਦੇਣਾ ਬਾਈ ਹੁਣ ਇਹ ਪਾਉਂਗੇ ਹੁਣ ਕੱਦੂ ਦੇ ਬਾਰਵਾਂ ਇਹਨੂੰ ਖੋਲ੍ਹ ਦੇ ਬਾਰਵਾਂ ਖੁੱਲ੍ਹ ਗਏ ਨਾ ਸੌਖਾ ਹੀ ਦੇਖੋ ਸਿਸਟਮ ਬਾਈ ਵਧੀਆ ਬਣਾਇਆ ਦੁੱਲੇ ਨੇ ਪ੍ਰੋਜੈਕਟ ਇਹ ਦੁੱਲਾ ਆਏ ਆ ਵੀ ਜਿਹੜਾ ਕੰਮ ਕਰਦਾ ਬਾਈ ਸੋਚ ਕੇ ਕਰਦਾ ਵਧੀਆ ਹਾਲ ਤਾਂ ਉਹ ਕਹਿੰਦਾ ਵੀ ਮੀਂਹ ਪਏ ਤੇ ਐਂ ਵੀ ਠੰਡੇ 'ਚ ਹੋਰ ਵਧੀਆ ਹੋਣਾ ਕਹਿੰਦਾ ਮੈਂ ਕਿਹਾ ਨਹੀਂ ਹੁਣ ਆਇਆ ਪਿਆ ਵੀ ਤੂੰ ਕਰਦੇ ਵਧੀਆ ਰਹਿਣਾ ਕਹਿੰਦਾ ਚੱਲ ਆਪਾਂ ਨਾਲ ਪਾਨੇ ਕਿਸੇ ਬਿਨਾਂ ਟੋਨੇ ਅੱਛਾ ਇੱਧਰ ਪੈਂਦਾ
ਫੁੱਲ ਟਾਈਟ ਕਰਤੇ ਨਟ ਬਾਈ ਇਹ ਬੋਲਦੇ ਕੈਟ ਕੈਟ ਓਰੀਜਨਲ ਨਟ ਹੀ ਪਏ ਇਹਨੂੰ ਬਾਈ ਇਹੋ ਜਿਹੇ ਨਟ ਆ ਵੀ ਇਹ ਕਿਸੇ ਦੁਕਾਨ ਮਾਂ ਤੇ ਨਹੀਂ ਮਿਲੇ ਹੈਗੇ ਓਰੀਜਨਲ ਨਟ ਹੀ ਲੱਗਦੇ ਬਾਈ ਜਿਹੜੇ ਬੋਡੀ 'ਚ ਹੁੰਦੇ ਆ ਬਹੁਤ ਔਖੇ ਮਿਲੇ ਆ ਬ੍ਰੇਕ ਚੂੜੀ ਦਾ 14 ਨੰਬਰ ਨਟ ਲੱਗਦਾ ਤੇ ਆ ਬਾਹਰ ਲਾਈਟ ਵੀ ਬਾਈ ਲਵਾ ਦਿੱਤੀ ਮੂਹਰੇ ਛਤਰੀ ਨੂੰ ਇਹਦਾ ਵੀ ਕਨੈਕਸ਼ਨ ਕਰਨਾ ਮੂਹਰੇ ਵੀ ਇੱਕ ਸੁਰਾਖ ਕਢਾਇਆ ਤਾਂ ਬਾਈ ਇਹਦੀ ਵੀ ਬਾਹਰ ਲਾਈਟ ਚੱਲਦੀ ਹੋਊਗੀ ਉਹ ਤਾਰ ਕੱਢਣੀ ਹੈ ਪਾਉਂ ਲਾ ਲਾਉਣੀ ਲਾਈਟ ਪਾਉਂ ਕੱਦਾਂ ਕਹੀ ਜਾਂਦਾ ਲਾਈਟ ਲਾਈਟ ਮੈਂ ਕਿਹਾ ਵੀ ਬਾਈ ਹੁਣ ਲਾ ਲੈਣੀ ਟੈਨਸ਼ਨ ਵਾਲੇ ਪੈਂਡਲ ਖੋਲ੍ਹ ਕੇ ਦਿਖਾਉਂਦੇ ਤੁਹਾਨੂੰ ਖੁੱਲ੍ਹ ਗਿਆ ਲੈ ਦਿਖਾਈ ਮਾੜਾ ਕਿਹੋ ਜਿਹਾ ਕਿਆ ਦੇਖ ਲੈ ਐਲੋ ਐਲੋ ਪ੍ਰੋਜੈਕਟ ਜਿਹਾ ਬਣਿਆ ਆ ਪੱਤੀਆਂ ਐਂ ਕੱਟ ਕੇ ਬਾਈ ਆ ਬਾਰਵਾਂ ਸਪੋਰਟ ਲਾਈ ਦੇਖੋ ਇਹਨੂੰ ਕਹਿੰਦੇ ਮੈਸੀ ਵਾਲੀ ਰੇਸ ਬਾਈ ਬਹੁਤ ਮਿਹਨਤ ਹੁੰਦੀ ਬਾਈ ਇਹਨੂੰ ਵੀ ਮੈਸੀ ਵਾਲੀ ਪ੍ਰੋਜੈਕਟ ਨੂੰ ਪਰਿਆਲਾ ਸਿੰਗਲ ਜਿਹਾ ਜੀ ਪੈਂਡਲ ਲੱਗ ਗਿਆ ਬੰਨ ਦੋ ਕੋਟ ਲਾ ਦੋਗੇ ਇੱਕ ਨੂੰ ਤਾਂ ਪੂਰੀ ਕਰ ਲੈ ਪਹਿਲਾਂ ਪੁੱਠੀ ਚੱਲਦੀ ਨਹੀਂ ਹੈ ਜਾਂ ਪੁੱਠੀ ਕਰੀ ਸਿੱਧੀ ਚੱਲਦੀ ਹੈ ਥੋੜ੍ਹੀ ਦੱਸ ਦਿਓ ਇਸ ਜਾਣ 'ਤੇ ਆਈ ਦੀ ਰਿਮਾਂ ਨਾਲ ਇਹ
ਅੱਛਾ ਓਕੇ ਏਅਰਪੋਰਟ ਇੱਧਰਲੀ ਸਾਈਡ 'ਤੇ ਕਰਦੇ ਪੱਤੀ ਨੂੰ ਮਾੜਾ ਜਿਹਾ ਬਹੁਤ ਹੋ ਗਿਆ ਉਸ ਪੈਡਲ ਦੇ ਹੇਠਾਂ ਕਰਦੇ ਜਿਹੜਾ ਪੈਰ ਰੇਸ ਰੱਖਣ ਵਾਲਾ ਹਾਂ ਇੱਥੇ ਬਸ ਹੋਰ ਨਾ ਮਾਰੀ ਕਿਤੇ ਹਾਂ ਤੈਂ ਤਾਂ ਨਹੀਂ ਕਰਾਉਣੀ ਚਾ ਇਹਨੂੰ ਇਹੋ ਜਿਹੀ ਜਗ੍ਹਾ ਰੱਖੀ ਅੰਦਰ ਉਹ ਕੰਸ ਪਰ ਕਿਤੇ ਇਹਦੇ ਹੱਥ ਨਾ ਲੱਗੇ ਇਹ ਬੰਦੇ ਦੇ ਕਿਤੇ ਖੇਡਣ ਲੱਗ ਜਾਵੇ ਗੱਡੀ ਪਰ ਮਾਰ ਪਲਾਸਟਰ ਵੀ ਤੁਹਾਨੂੰ ਹੁੰਦੇ ਵੀ ਐਨ ਜ਼ੀਰੋ ਫਿਟਿੰਗ ਹੈ ਦੂਏ ਮੰਗਣੇ ਪੈਂਦਾ ਸਾਰੇ ਮਹਿੰਦਰਾ ਵਾਲਾ ਲੁੱਕ ਪਾਇਪ ਵਿੱਚ ਐਂ ਹਿੱਲੂਗਾ ਨਹੀਂ ਫੁੱਲ ਹੈਵੀ ਹੈ ਆਵਾਜ਼ ਵਾਈ ਵੀ ਸਾਇਲੈਂਟ ਆ ਕਿਉਂਕਿ ਇਹਦੇ ਵਿੱਚ ਜਾਲੀਆਂ ਲੱਗੀਆਂ ਹੋਈਆਂ ਹੋਰ ਵੀ ਵਿੱਚ ਸਾਰੀ ਅੱਛਾ ਨਹੀਂ ਆਵਾਜ਼ ਨਹੀਂ ਹੈਗੀ ਬਾਕੀ ਚੱਲੇ ਤਾਂ ਪਤਾ ਲੱਗੂਗਾ ਵੀ ਹੈ ਮਾੜਾ ਮੋਟੀ ਜਾਂ ਕਿ ਵੀ ਉਤਰ ਰਹੀ ਹੈ ਪੈਂਟ ਪੂੰਟ 'ਚ ਅੱਛਾ ਚੱਲ ਕਰਤਾ ਪੁੱਟ ਹਾਂ ਕਿਆ ਕਰਤਾ ਹੈ ਕਿਆ ਕਰਤਾ ਮੈਂ ਕਹਿੰਦਾ ਐਂ ਰਹਿ ਜਾ ਲਾੜੀ ਪੰਮੋ ਹੈਂ ਓ ਦੇਖ ਲੈ ਆ ਗਿਆ ਪੁਰਾਣਾ ਧੁੱਪਾਂ ਦੀ ਵੀ ਲੋੜ ਨੀ ਬਸ ਸੁੱਕੇ ਜਾਣਾ ਸਪਰੇ ਅੰਦਰ ਕੰਸ ਪਰ ਰੱਖਦੇ ਇਹਦਾ ਕੋਈ ਨੀ ਪਤਾ ਹੈ ਬਾਈ ਇਹ ਬੰਦੇ ਦੇ ਨਾ ਸਮਾਨ ਬਹੁਤ ਬਚਾ ਕੇ ਰੱਖਣਾ ਪੈਂਦਾ ਹੈ ਚੱਲ ਪਿਆ ਲੈ 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 ਹਵਾ ਹੁਣ ਬਰਾਬਰ ਹੈ ਬਰਾਬਰ ਹੈ ਛਤਰੀ ਦੇ ਧੋਲਾ ਕੱਢ ਲੈ ਵਿੱਚ ਲੀਰ ਪਿਓ ਲੈ ਇਹਦੇ ਚੱਲ ਵੀ ਡਰਾਈਵਰ ਆ ਜਾ ਥੱਲੇ ਹੁਣ ਰੋਟਾਵੇਟਰ ਪਾਈਏ